ਪ੍ਰਾਈਮ ਇਨੀਸ਼ੀਏਟਿਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਤਦਰਪਨ ਸ਼ੋਅ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਰ ਆਪਾਂ ਨੂੰ ਸਭ ਕੋਲੋਂ ਜਾਣਾਂਗੇ ਜੀ ਕੀ ਕੁਝ ਇਸ ਵਕਤ ਵਾਪਰ ਰਿਹਾ ਦੇਸ਼ ਦੁਨੀਆਂ 'ਚ ਅਤੇ ਕੀ ਹੈ ਉਹਨਾਂ ਖਬਰਾਂ ਦੇ ਅੱਗੇ ਪਿੱਛੇ ਦਾ ਸੱਚ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਨੂੰ ਸਭ ਬਹੁਤ ਬਹੁਤ ਸਵਾਗਤ ਜੀ। ਪੁਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਇੱਕ ਅਗਲਾ ਤੂਫਾਨ ਵੀ ਆ ਗਿਆ ਜਿਹਦੀ ਆਸ ਤਾਂ ਵੈਸੇ ਕਾਫੀ ਦੇਰ ਤੋਂ ਕੀਤੀ ਜਾ ਰਹੀ ਸੀ ਪਰ ਹੁਣ ਅਗਲੇ ਟਕਸਾਲੀ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਅਸਤੀਫਾ ਦੇ ਦਿੱਤਾ ਅਤੇ ਅਸਤੀਫੇ ਤੋਂ ਵਿਦ ਇਨ 2 ਆਵਰਸ ਯਾਨੀ ਕਿ 2 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਨੂੰ ਪਾਰਟੀ ਤੋਂ ਹੀ ਬਰਖਾਸਤ ਕਰ ਦਿੱਤਾ ਜਾਂਦਾ। ਇੱਥੋਂ ਤੱਕ ਦੀ ਨੌਬਤ ਕਿਉਂ ਪਹੁੰਚ ਗਈ ਗੁਰਪ੍ਰੀਤ ਜੀ? ਜਿਹੜਾ ਇਹ ਚੱਕਰ ਚੱਲਦਾ ਪਿਆ ਅਕਾਲੀ ਦਲ 'ਚ, ਇਹ ਹੁਣ ਲੜਾਈ ਫੈਸਲਾ ਕੁੰਨ ਮੋੜ ਵੱਲ ਵੱਧ ਰਹੀ ਹੈ ਜੀ। ਜਾਂ ਤਾਂ ਟਕਸਾਲੀ ਝੜ ਜਾਣਗੇ ਅਤੇ ਜਾਂ ਟਕਸਾਲੀ ਹੌਲੀ 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 ਜਿਸ ਤਰ੍ਹਾਂ ਇਹਨਾਂ ਦੀ ਹਵਾ ਵੱਧਦੀ ਜਾ ਰਹੀ ਹੈ, ਕੱਲ੍ਹ ਨੂੰ ਕਿਸੇ ਪੜਾਅ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੀ ਲੀਡਰੀ ਵਾਸਤੇ ਖਤਰਾ ਬਣਨਗੇ। ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਅਕਾਲੀ ਦਲ ਦੇ ਤੌਰ 'ਤੇ ਨਹੀਂ ਚਲਾ ਰਿਹਾ ਜੀ, ਉਹ ਇੱਕ ਕਿਸਮ ਦੇ ਕਾਰਪੋਰੇਟ ਘਰਾਣੇ ਦੀ ਕਿਸੇ ਦੁਕਾਨ ਵਾਂਗ ਚਲਾ ਰਿਹਾ। ਕਰਿੰਦੇ ਰੱਖੇ ਨੇ, ਕੁਝ ਮੈਨੇਜਰ ਨੇ, ਕੁਝ ਸੁਪਰਵਾਈਜ਼ਰ ਨੇ, ਉਹਨਾਂ ਨੂੰ ਵੱਡੋ ਵੱਡ ਕੰਮ ਸੌਂਪਿਆ, ਹਰ ਕਿਸੇ ਦਾ ਆਪਣਾ ਕੰਮ ਹੈ ਅਤੇ ਉਸ ਕੰਮ ਦੇ ਹਿਸਾਬ ਨਾਲ ਉਹ ਸਮਝਦਾ ਕਿ ਜਿਹੜਾ ਮਾੜਾ ਜਿਹਾ ਵੀ ਅੱਗੋਂ ਬੋਲਦਾ ਉਹਨੂੰ ਨੌਕਰੀ ਤੋਂ ਕੱਢ ਦਿਓ, ਉਹਦੀ ਥਾਂ 'ਤੇ ਨਵਾਂ ਕਰਿੰਦਾ ਰੱਖ ਲਓ ਜੀ। ਇਹਨਾਂ ਦੀ ਇੱਜ਼ਤ ਕੋਈ ਨਹੀਂ। ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਕਿਸੇ ਨੂੰ ਤੂੰ ਕਰਕੇ ਨਹੀਂ ਸੀ ਬੁਲਾਇਆ, ਅਸੀਂ ਉਹਨਾਂ ਦਾ ਨਾਂ ਲੈਣ ਲੱਗਿਆ, ਭਾਵੇਂ ਕਹਿ ਦਈਏ ਬਾਦਲ ਕਹਿੰਦਾ ਹੀ, ਪਰ ਬਾਦਲ ਨੇ ਕਦੇ ਇਸ ਤਰ੍ਹਾਂ ਕਿਸੇ ਨੂੰ ਇੱਥੋਂ ਤੱਕ ਚੌਂਕੀ ਦੇ ਥਾਣੇਦਾਰ ਨੂੰ ਵੀ ਤੂੰ ਕਹਿ ਕੇ ਨਹੀਂ ਬੁਲਾਇਆ। ਹਮੇਸ਼ਾ ਉਹ ਕਹਿੰਦੇ ਹੁੰਦੇ ਸੀ ਕਾਕਾ ਜੀ ਫਲਾਣੀ ਗੱਲ ਇੱਦਾਂ ਕਰ ਲਓ। ਜਥੇਦਾਰਾਂ ਵਿੱਚੋਂ ਕੋਈ ਛੋਟਾ ਹੋਵੇ, ਕੋਈ ਵੱਡਾ ਹੋਵੇ, ਬਲਾਕ ਪੱਧਰ ਦਾ ਵੀਡੀਓ ਪੱਧਰ ਦਾ ਵੀ ਬੰਦਾ ਹੋਵੇ ਅਤੇ ਉਹਨੂੰ ਵੀ ਕਹਿੰਦੇ ਜਥੇਦਾਰ ਜੀ ਤੁਸੀਂ ਹੁਣ ਕੀ ਕਰਦੇ ਪਏ ਹੋ, ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲਓ। ਇਹ ਮੁੰਡਾ ਜਿਹੜਾ ਸੁਖਬੀਰ ਹੈ ਜੀ, ਇਹ ਉਹਨਾਂ ਸਾਰਿਆਂ ਨੂੰ ਤੂੰ ਕਰਕੇ ਬੁਲਾਉਂਦਾ, ਉਹਨਾਂ ਸਾਰਿਆਂ ਦੇ ਮਨ 'ਚ ਰੋਸ ਹੈ ਕਿ ਇੱਜ਼ਤ ਨਹੀਂ ਕਰਦਾ। ਅੱਗੋਂ ਇਹਨੇ ਜਿਹੜੀਆਂ ਪਿਛਲੇ ਸਮੇਂ 'ਚ ਹਰਕਤਾਂ ਕੀਤੀਆਂ, ਖਾਸ ਤੌਰ 'ਤੇ ਜਦੋਂ ਅਕਾਲੀ ਭਾਜਪਾ ਸਰਕਾਰ ਸੀ, ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਜੋ ਕੁਛ ਹੋਇਆ ਉਹਦਾ ਕਰਕੇ ਸਿੱਖਾਂ ਵਿੱਚ ਵੀ ਰੋਸ ਹੈ, ਅਕਾਲੀ ਦਲ 'ਚ ਵੀ ਰੋਸ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਰੋਸ ਹੈ। ਇਹਨਾਂ 'ਚ ਬਹੁਤ ਸਾਰੇ ਲੋਕ ਨੇ ਜਿਹੜੇ ਦਿਲੋਂ ਇਸ ਗੱਲ ਤੋਂ ਤੰਗ ਹੈ ਕਿ ਸੁਖਬੀਰ ਸਿੰਘ ਬਾਦਲ ਠੀਕ ਨਹੀਂ ਕਰਦਾ, ਪਰ ਡਰਦੇ ਆ ਕਿ ਜੇ ਉਹਨੂੰ ਛੱਡ ਗਏ ਤਾਂ ਅਸੀਂ ਕਿਤੇ ਇਕੱਲੇ ਨਾ ਹੋ ਜਾਈਏ ਛੱਡਣ ਵਾਲਿਆਂ 'ਚ, ਇਹਦਾ ਕੋਈ ਪਤਾ ਨਹੀਂ ਮੁੜ ਕੇ ਰਗੜ ਦਊਗਾ। ਫਿਰ ਨਾਲਦਿਆਂ ਦਾ ਹਾਲ ਇਹ ਹੈ ਕਿ ਇੱਥੇ ਕਈ ਲੋਕ ਹੈ ਜਿਹੜੇ ਡੀਕਦੇ ਆ ਕਿ ਕੋਈ ਬੰਦਾ ਛੱਡ ਜਾਵੇ ਅਤੇ ਅਸੀਂ ਉਹੀ ਥਾਂ 'ਤੇ ਚੱਲ ਜਾਈਏ। ਕੋਈ ਵਕਤ ਸੀ ਜਦੋਂ ਅਕਾਲੀ ਦਲ 'ਚ ਜਿਹੜੇ ਲੋਕ ਕਹਿੰਦੇ ਹੁੰਦੇ ਕੁਛ ਜ਼ਬਾਨ ਦੇ ਪੱਕੇ ਹੁੰਦੇ ਸੀ, ਉਹਦੇ ਮੁਤਾਬਕ ਚੱਲਦੇ ਸੀ। ਹੁਣ ਤਾਂ ਇਹ ਹੈ ਕਿ ਰਾਤ ਨੂੰ ਭਣੇਵੇਂ ਜਾ ਕੇ ਮਾਮੇ ਦੇ ਨਾਲ ਬੈਠ ਕੇ ਖਾਂਦੇ ਪੀਂਦੇ ਆ ਅਤੇ ਸਵੇਰੇ ਉੱਠ ਕੇ ਮਾਮੇ ਤੋਂ ਬਿਆਨ ਦਵਾਉਂਦੇ ਆ ਕਿ ਅਸੀਂ ਬਾਦਲ ਦੇ ਖਿਲਾਫ਼ ਆ, ਅਸੀਂ ਅਹੁਦਾ ਤੋਂ ਅਸਤੀਫਾ ਦਿੱਤਾ, ਅਤੇ ਦੁਪਹਿਰ ਤੱਕ ਭਣੇਵਾਂ ਵੱਖਰੀ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਜੀ ਅਸੀਂ ਅਕਾਲੀ ਦਲ ਤੋਂ ਬਗੈਰ ਕਿ ਅਸੀਂ ਅਕਾਲੀ ਦਲ ਦੇ ਨਾਲ ਹੈ। ਇੱਥੇ ਪਤਾ ਨਹੀਂ ਕਦੇ ਮਹਾਂਭਾਰਤ ਦੇ ਵਕਤ ਕਹਿੰਦੇ ਸੀ ਕੰਸ ਅਤੇ ਕ੍ਰਿਸ਼ਨ ਮਾਮਾ ਭਾਣਜਾ, ਉਹਨਾਂ ਦੀ ਆਪੋ 'ਚ ਨਹੀਂ ਸੀ ਬਣੀ, ਹੁਣ ਸੁਖਬੀਰ ਸਿੰਘ ਬਾਦਲ ਵੀ ਕਈਆਂ ਘਰਾਂ ਦੇ ਵਿੱਚ ਮਾਮੇ ਭਾਣਜੇ ਦੀਆਂ ਲੜਾਈਆਂ ਵੀ ਕਰਵਾ ਰਿਹਾ। ਅੱਜ ਸੇਵਾ ਸੋ ਸੇਖਵਾਂ ਨੇ ਜਿਸ ਦਿਨ ਆਖਿਆ ਸੀ ਕਿ ਅਸੀਂ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਹਾਂ, ਅਕਾਲੀ ਦਲ ਤੋਂ ਨਹੀਂ, ਉਸੇ ਦਿਨ ਤੋਂ ਹੀ ਇਹ ਸੁਖਬੀਰ ਸਿੰਘ ਬਾਦਲ ਦੀਆਂ ਅੱਖਾਂ 'ਚ ਰੜਕਦਾ ਸੀ, ਬਲਕਿ ਉਦੋਂ ਵੀ ਪਹਿਲਾਂ ਰੜਕਦਾ ਸੀ। ਇਹਨੂੰ ਤਾਂ ਪਿਛਲੇ ਸਾਲ ਇੱਕ ਵਾਰੀ ਇਹ ਸੋਚਿਆ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਈਏ ਅਤੇ ਇਹਦਾ ਉੱਥੇ ਸਿਆਸੀ ਸ਼ਰੀਕ ਸੀਗਾ ਸੁੱਚਾ ਸਿੰਘ ਲੌਂਗ ਕੀ ਲਗਾ, ਜਿਹੜਾ ਲਗਾ ਨੇ ਕਹਿ ਤਾਂ ਅਸੀਂ ਨਹੀਂ ਬਣ ਦੇਣਾ ਅਤੇ ਚੱਲਦੀ ਗੁਰਦਾਸਪੁਰ 'ਚ ਲਗਾ ਦੀ ਸੀ। ਬਾਅਦ ਵਿੱਚ ਲੰਗਾਹ ਇੱਕ ਕਸੂਤੇ ਚੱਕਰ 'ਚ ਫਸ ਗਿਆ, ਇੱਕ ਬਲਿਊ ਸਿਟੀ ਦੇ ਚੱਕਰ ਵਿੱਚ ਜੇਲ੍ਹ ਚਲਾ ਗਿਆ। ਇਹਦੇ ਬਾਵਜੂਦ ਅੱਜ ਤੱਕ ਬਾਦਲ ਅਕਾਲੀ ਦਲ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ 'ਚ ਬਾਕੀਆਂ ਦੀ ਨਹੀਂ ਚੱਲਦੀ, ਸੁੱਚਾ ਸਿੰਘ ਲੰਗਾਹ ਦੀ ਚੱਲਦੀ ਹੈ। ਉਹਨੇ ਜੇ ਕਹਿ ਦਿੱਤਾ ਕਿ ਸੇਵਾ ਸਿੰਘ ਸੇਖਵਾਂ ਨੂੰ ਕੱਢ ਦਿਓ ਅਤੇ ਸੁਖਬੀਰ ਸਿੰਘ ਬਾਦਲ ਨੂੰ ਕੱਢਣਾ ਹੀ ਪੈਣਾ, ਉਹਦੇ ਕੋਲ ਰਾਹ ਕੋਈ ਨਹੀਂ। ਅੱਜ ਸੁੱਚਾ ਸਿੰਘ ਲੰਗਾਹ ਅਕਾਲ ਤਖ਼ਤ ਨੇ ਸਿੱਖੀ ਤੋਂ ਖਾਰਜ ਕੀਤਾ ਪਿਆ, ਬਾਹਰ ਹੈ, ਸ਼੍ਰੋਮਣੀ ਕਮੇਟੀ ਦੀ ਮੈਂਬਰੀ ਵੀ ਗਵਾ ਬੈਠਾ, ਪਰ ਉਹ ਬਾਹਰ ਬੈਠਾ ਵੀ ਇੰਨਾ ਤਾਕਤਵਰ ਹੈ ਕਿ ਉਹਦੇ ਤੋਂ ਪੁੱਛੇ ਬਗੈਰ ਬਾਦਲ ਪਰਿਵਾਰ ਵਾਲੇ ਗੁਰਦਾਸਪੁਰ ਜ਼ਿਲ੍ਹੇ 'ਚ ਕਿਸੇ ਕਿਸਮ ਦਾ ਕੋਈ ਫੈਸਲਾ ਨਹੀਂ ਲੈ ਸਕਦੇ। ਤੁਸੀਂ ਬੜੇ ਚਿਰ ਦਾ ਕਹਿਣ ਡਿਆ ਸੀ ਕਿ ਮੈਨੂੰ ਇੱਥੇ ਰੱਖਣਾ ਤੁਸੀਂ ਅਤੇ ਸੇਵਾ ਸੋ ਸੇਖਵਾਂ ਨੂੰ ਕੱਢੋ, ਇਹ ਉਹਨੂੰ ਕੱਢਦੇ ਨਹੀਂ ਸੀ ਪਏ। ਹੁਣ ਜਦੋਂ ਸੇਵਾ ਸਿੰਘ ਸੇਖਵਾਂ ਨੇ ਇਹ ਆਖਿਆ ਕਿ ਮੈਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ, ਅਤੇ ਇਹ ਤਾਂ ਪਹਿਲਾਂ ਹੀ ਮੌਕਾ ਭਾਲਦੇ ਪਏ ਸੀ, ਇਹਨਾਂ ਨੇ ਫਟਾਫਟ ਆਖਿਆ ਜੀ ਅਸਤੀਫਾ ਕਰ ਦਿੱਤਾ, ਅਸੀਂ ਇਹਨੂੰ ਵੈਸੇ ਅਕਾਲੀ ਦਲ 'ਚੋਂ ਕੱਢਿਆ। ਜੇ ਕੱਲ੍ਹ ਨੂੰ ਸਮਝੌਤਾ ਹੋ ਜਾਵੇ ਤਾਂ ਅਕਾਲੀ ਦਲ ਦੀ ਰਵਾਇਤ ਹੈ ਕਿ 6 ਸਾਲਾਂ ਵਾਸਤੇ ਬੰਦਾ ਕੱਢਦੇ ਹੁੰਦੇ ਆ ਅਤੇ 6 ਘੰਟਿਆਂ ਵਾਪਸ ਵੀ ਲੈ ਲੈਂਦੇ ਆ 6 ਘੰਟਿਆਂ ਬਾਅਦ। ਇਸ ਵੇਲੇ ਦੀਆਂ ਸਥਿਤੀਆਂ ਦੇ ਮੁਤਾਬਕ ਸੇਵਾ ਸਿੰਘ ਸੇਖਵਾਂ ਹੁਣ ਵਾਪਸ ਨਹੀਂ ਆਉਣ ਲੱਗਾ, ਜਿੱਥੇ ਮਰਜ਼ੀ ਚੱਲ ਜਾਵੇ ਇਹਨਾਂ ਵੱਲ ਨਹੀਂ ਆਉਣ ਲੱਗਾ। ਉਹ 3 ਪੀੜ੍ਹੀਆਂ ਦਾ ਅਕਾਲੀ ਆ, ਉਹਦਾ ਬਾਪ ਵੀ ਪ੍ਰਕਾਸ਼ ਸਿੰਘ ਬਾਦਲ ਦੇ ਸਾਥੀਆਂ ਵਿੱਚੋਂ ਸੀ, ਪਰ
ਇਸ ਵੇਲੇ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਸਾਥੀਆਂ ਦੀ ਲੋੜ ਹੀ ਨਹੀਂ, ਹੁਣ ਤਾਂ ਨਵੀਂ ਕਿਸਮ ਦੀ ਉਹ ਧਾੜ ਚਾਹੀਦੀ ਹੈ ਜਿਹੜੀ ਮਾਰਖੋਰੀ ਹੋਵੇ, ਅਤੇ ਉਸ ਮਾਰਖੋਰੀ ਧਾੜ 'ਚ ਸੇਵਾ ਸਿੰਘ ਸੇਖਵਾਂ ਇਹੋ ਜਿਹੇ ਸੇਵਾ ਵਾਲੇ ਬੰਦਿਆਂ ਦੀ ਕੋਈ ਬਹੁਤੀ ਵਕਤ ਨਹੀਂ ਗੀ। ਹੁਣ ਸਾਹਿਬ ਵੈਸੇ ਇਹ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਟਰੈਟਜੀ ਹੈ ਇਸ ਵਕਤ ਉਹ ਬੜੀ ਕਹਿ ਲਓ ਕਿ ਧੜੱਲੇ ਵਾਲੀ ਹੈ, ਉਹ ਹਰ ਥਾਂ ਦੇ ਉੱਪਰ ਮਾਰਖੋਰੀ ਵਾਲੇ ਪਾਸੇ ਜਾ ਰਹੇ, ਧਰਨਾ ਪ੍ਰਦਰਸ਼ਨ ਜਿਹੜਾ ਕਿ ਪਿਛਲੇ ਸਾਲ ਤੋਂ ਉਹਨਾਂ ਨੇ ਸ਼ੁਰੂ ਕੀਤਾ ਸੀ, ਹੁਣ ਵੀ ਉਹਨਾਂ ਨੇ ਜਿਹੜਾ ਕੱਲ੍ਹ ਦਿੱਲੀ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਅਤੇ ਉੱਥੇ ਜਾ ਕੇ ਉਹਨਾਂ ਨੇ ਗ੍ਰਿਫਤਾਰੀਆਂ ਵੀ ਦਿੱਤੀਆਂ ਨੇ, ਉਹਨੂੰ ਕਿਵੇਂ ਦੇਖਦੇ ਹੋ 84 ਵਾਲੇ ਮਸਲੇ ਦੇ ਵਿੱਚ? ਇਹ ਸਾਰੇ ਕਹਾਣੀ ਗਾਉਂ ਭਨਾਵੇ ਜਾਣ ਵਾਲੀ ਆ, ਹੁਣ ਕਿਉਂਕਿ ਗਾਉਂ ਆ ਅਕਾਲੀ ਦਲ ਬਹੁਤ ਬੁਰੀ ਤਰ੍ਹਾਂ ਪਛਾੜਿਆ ਜਾ ਚੁੱਕਾ। ਵਿਧਾਨ ਸਭਾ ਚੋਣਾਂ ਦੇ ਵਿੱਚ ਇਹਨਾਂ ਦੇ ਪੱਲੇ ਕੀ ਪਿਆ ਸੀ? 15 ਸੀਟਾਂ, ਉਹਨਾਂ 15 'ਚੋਂ ਵੀ ਇੱਕ ਜਣਾ ਮਰ ਗਿਆ, ਬਾਕੀ 14 ਰਹਿ ਗਿਆ। 14 ਵਿੱਚੋਂ ਵੀ ਬਾਪੂ ਬਾਦਲ ਤਾਂ ਇਹ ਸ਼ਰਮ ਦਾ ਮਾਰਾ ਉੱਥੇ ਵਿਧਾਨ ਸਭਾ 'ਚ ਨਹੀਂ ਜਾਂਦਾ ਕਿ ਜਿੱਥੇ ਕਦੇ ਮੈਂ ਮੁੱਖ ਮੰਤਰੀ ਹੁੰਦਾ ਸਾਂ, ਕਦੇ ਮੁੱਖ ਮੰਤਰੀ ਸਾਹਮਣੇ ਆਪੋਜੀਸ਼ਨ ਲੀਡਰ ਹੁੰਦਾ ਸਾਂ, ਉੱਥੇ ਹੁਣ ਮੈਨੂੰ ਬਾਕੀ MLA ਜਿਹੜੇ ਆ ਇਹਨਾਂ ਮੁੰਡਿਆਂ ਦੇ ਪਿੱਛੇ ਬਹਿਣਾ ਪਊਗਾ, ਉਹ ਤਾਂ ਉੱਥੇ ਜਾਂਦਾ ਨਹੀਂ। ਅਤੇ ਅਕਾਲੀਆਂ ਦੇ ਤਾਂ ਇਫੈਕਟਿਵ ਉੱਥੇ 13 ਰਹਿ ਗਏ। ਇਹ ਜਿਹੜੀ ਬੇਇੱਜ਼ਤੀ ਵਾਲੀ ਸਥਿਤੀ ਹੈ ਉਹਦੇ ਵਿੱਚ ਹੋਰ ਤਾਂ ਕੁਝ ਲੱਭਦਾ ਨਹੀਂ, ਫਿਰ ਇੱਕੋ ਹੀ ਆ, ਚਲੋ ਆਪਾਂ ਮੋਰਚਾ ਲਾਉਂਦੇ ਹਾਂ, ਚਲੋ ਆਪਾਂ ਇੱਦਾਂ ਕਰਦੇ ਹਾਂ। ਇਹ ਮੋਰਚਿਆਂ ਵਾਲੇ ਪਾਸੇ ਨੂੰ ਤੁਰੇ ਨਹੀਂ, ਇਹਨਾਂ ਨੂੰ ਤੁਰਨਾ ਪਿਆ, ਮਜਬੂਰੀ 'ਚ ਹੋਰ ਕੋਈ ਰਾਹ ਨਹੀਂ ਰਹਿ ਗਿਆ। ਸੁਖਬੀਰ ਸਿੰਘ ਬਾਦਲ ਦੀ ਬੋਲਬਾਣੀ ਦੇ ਉੱਤੇ, ਇਹਦੀ ਬਿਆਨਬਾਜ਼ੀ ਦੇ ਉੱਤੇ ਅਕਾਲੀ ਦਲ 'ਚ ਭਰੋਸਾ ਕੋਈ ਨਹੀਂ ਕਰਦਾ। ਉਹ ਕਦੇ ਹੁਣ ਤਾਂ ਆਪ ਨੂੰ ਨਹੀਂ ਪਤਾ ਮੈਂ ਕੀ ਬੋਲਦਾ ਪਿਆ। ਜਦੋਂ ਚੋਣਾਂ ਹੋ ਕੇ ਹਟੀਆਂ ਅਤੇ ਚੋਣਾਂ 'ਚ ਹਾਰੇ ਆ ਪਿਛਲੇ ਸਾਲ, ਅਤੇ ਇੱਕ ਮਹੀਨਾ ਇਹ ਘਰੋਂ ਨਹੀਂ ਨਿਕਲਿਆ, ਅਤੇ ਜਦੋਂ ਨਿਕਲਿਆ ਤਾਂ ਆਪਣੇ ਪਿੰਡ ਦੇ ਨੇੜਲੇ ਇੱਕ ਪਿੰਡ 'ਚ ਜਾ ਕੇ ਅਤੇ ਲੋਕ ਇਕੱਠੇ ਕਰਕੇ ਗੱਲ ਕਰਨ ਲੱਗਾ, ਅਤੇ ਲੋਕਾਂ ਨੇ ਪਹਿਲਾ ਸਵਾਲ ਹੀ ਆਖਿਆ, ਸਰਦਾਰ ਸੁਖਬੀਰ ਸਿੰਘ ਜੀ ਤੁਸੀਂ ਤਾਂ ਕਹਿੰਦੇ ਸੀ 5 ਸਾਲ ਰਾਜ ਕਰਨਾ ਅਤੇ 10 ਸਾਲਾਂ ਬਾਅਦ ਹੀ ਹਾਰ ਕੇ ਆ ਗਏ ਹੋ। ਕਹਿੰਦੇ ਨਹੀਂ, ਹਾਰੇ ਉਰੇ ਨਹੀਂ, ਇਰਾਦਾ ਸਾਡਾ 25 ਸਾਲ ਰਾਜ ਕਰਨ ਦਾ, ਕਰਾਂਗੇ 25, ਪਰ ਵਿੱਚੋਂ ਥੋੜ੍ਹੇ ਥੋੜ੍ਹੇ ਬ੍ਰੇਕ ਲੈ ਕੇ ਕਰਾਂਗੇ, ਕੰਮ ਕਰਦੇ ਥੱਕ ਜਾਈਦਾ। ਅਸੀਂ ਥੱਕ ਗਏ ਸੀ, ਪਰ ਇਹ ਆਖਿਆ ਚਲੋ 5 ਸਾਲ ਕਾਂਗਰਸ ਸਾਹਿਬ ਨੂੰ ਕਰਨ ਦੇ, ਮੁੜ ਕੇ ਫਿਰ ਆਪਾਂ ਹੀ ਕਰਨਾ, ਆਪਾਂ 25 ਸਾਲ ਪੂਰੇ ਕਰਾਂਗੇ। ਉਹਨਾਂ ਨੇ ਆਖਿਆ ਜੀ ਤੁਹਾਨੂੰ ਇਹ ਪਤਾ ਤੁਸੀਂ ਹਾਰੇ ਕਿਉਂ? ਕਹਿੰਦੇ ਨਹੀਂ ਉਹ ਤਾਂ ਕੋਈ ਗੱਲ ਨਹੀਂ, ਇੱਦਾਂ ਚੋਣ ਚਾਰਜ। ਕਹਿੰਦੇ ਨਹੀਂ ਜੀ ਸਾਨੂੰ ਪਤਾ, ਤੁਸੀਂ ਉਹ ਲੋਕ ਪਾਰਟੀ 'ਚ ਲੈ ਆਉਂਦੇ ਜਿਹੜੇ ਅਕਾਲੀ ਦਲ ਦੇ ਹੈ ਹੀ ਨਹੀਂ ਸੀ, ਤੁਸੀਂ ਉਹਨਾਂ ਦੇ ਸਰੋਪੇ ਪਾਏ, ਆਪਣੇ ਨਾਲ ਜੋੜ ਲਏ, ਇਲੈਕਸ਼ਨ 'ਚ ਤੁਹਾਡਾ ਭੱਠਾ ਉਹਨਾਂ ਬਿਠਾਇਆ। ਸੁਖਬੀਰ ਸਿੰਘ ਬਾਦਲ ਕਹਿੰਦਾ ਜੀ ਅਸੀਂ ਫੈਸਲਾ ਕਰ ਲਿਆ, ਅੱਗੇ ਤੋਂ ਕਿਸੇ ਦੇ ਗੱਲ 'ਚ ਸਰੋਪਾ ਪਾਉਣਾ ਹੀ ਨਹੀਂ। ਅਤੇ 2 ਮਹੀਨਿਆਂ ਬਾਅਦ ਗੁਰਦਾਸਪੁਰ ਜਾ ਕੇ ਸੁੱਚਾ ਸੁਲੰਗਾਹ ਦੇ ਹਲਕੇ 'ਚ ਹਰ ਜਣੇ ਖਣੇ ਦੇ ਜਿਹੜੇ ਟੁੱਟੇ ਭੱਜੇ ਆ, ਜਿਨ੍ਹਾਂ ਦੇ ਲੋਕ ਮੱਥੇ ਨਹੀਂ ਲੱਗਣਾ ਚਾਹੁੰਦੇ, ਉਹਨਾਂ ਦੇ ਗੜ ਵੀ ਸਰੋਪੇ ਪਾਤੇ। ਹੁਣ ਜਦੋਂ ਇਹੋ ਜਿਹੀਆਂ ਉਲਝਣਾਂ 'ਚ ਫਸਿਆ ਪਿਆ, ਇੱਥੇ ਨੇ ਆ ਕੇ ਜੋ ਕੁਝ ਸ਼ਾਹਕੋਟ 'ਚ ਕੀਤਾ ਸੀ ਵੀ ਸਾਰਿਆਂ ਨੂੰ ਪਤਾ, ਇੰਨੀਆਂ ਉਲਝਣਾਂ 'ਚ ਫਸਿਆ, ਹੋਰ ਤਾਂ ਕੋਈ ਰਾਹ ਕੋਈ ਨਹੀਂ ਰਹਿ ਗਿਆ। ਇੱਕੋ ਹੀ ਤਰੀਕਾ ਕਿ ਚਲੋ ਹੁਣ ਆਪਾਂ ਦਿੱਲੀ ਦੇ ਦੰਗਿਆਂ 'ਤੇ, ਜਿਹੜੇ ਉੱਥੇ ਦਿੱਲੀ ਕਤਲੇਆਮ ਦੇ ਵਿੱਚ ਸਿੱਖ ਮਰ ਗਏ ਸਨ, ਉਹਦੇ ਸਵਾਲ ਦੇ ਉੱਤੇ ਮੋਰਚਾ ਲਾ ਦਈਏ, ਆਪਾਂ ਸਿੱਖ ਇਤਿਹਾਸ 'ਤੇ ਮੋਰਚਾ ਲਾ ਦਈਏ। ਇਹ ਮੋਰਚੇ ਲਾਉਣ ਦੀ ਖੇਡ ਖੇਡਣ ਲੱਗਾ, ਇਹਨੂੰ ਪਤਾ ਹੀ ਨਹੀਂ ਮੋਰਚੇ ਲਾਉਣੇ ਕਿੰਨੀ ਕੁ ਗੱਲ ਹੁੰਦੀ ਹੈ, ਇਹਨੂੰ ਤਾਂ ਅੱਜ ਤੱਕ ਫਤਿਹ ਬੁਲਾਉਣੀ ਨਹੀਂ ਆਈ। ਔਰ ਇਹ ਅਕਾਲੀ ਪਾਰਟੀ ਦਾ ਜਿਹੜਾ ਮੋਰਚਿਆਂ ਦਾ ਇਤਿਹਾਸ ਆ, ਜਿਹੜਾ ਮੋਰਚਿਆਂ ਦਾ ਰੰਗ ਢੰਗ ਹੈ, ਜਿਹੜੀ ਮੋਰਚਿਆਂ ਦੀ ਰਵਾਇਤ ਆ, ਉਸ ਰਵਾਇਤ ਨਾਲ ਕੁਛ ਲੋਕ ਬੱਝੇ ਹੁੰਦੇ ਆ। ਉਹ ਲੋਕ ਜਿਹੜੇ ਆਪਣੇ ਕੰਮਾਂ ਨਾਲ, ਆਪਣੇ ਪਰਿਵਾਰਾਂ ਨਾਲ ਨਹੀਂ ਬੱਝੇ, ਮਸਤ ਮੌਲਾ ਮਲੰਗ ਆਦਮੀ ਹੁੰਦੇ ਆ। ਜਦੋਂ ਉਹਨਾਂ ਦੀ ਸਰਕਾਰ ਚੱਲਦੀ ਪਈ ਸੀ ਅਤੇ ਗੁਰਦਾਸਪੁਰ ਦੇ ਵਿੱਚ ਇੱਕ ਸੰਗਤ ਦਰਸ਼ਨ ਦੇ ਵਿੱਚ ਇੱਕ ਬੁੜਾ ਬੈਠਾ ਰਿਹਾ, ਸਾਰਿਆਂ ਦੀ ਗੱਲ ਸੁਣ ਕੇ ਬਾਅਦ 'ਚ ਮੰਤਰੀ ਨੇ ਆਖਿਆ, ਹਾਂ ਜਹਿਦਾ ਜੀ ਤੁਸੀਂ ਬੈਠੇ, ਦੱਸੋ ਕਿੱਦਾਂ ਆਏ? ਅਤੇ ਉਹ ਕਹਿੰਦਾ ਜੀ ਮੈਂ ਤਾਂ ਪੁੱਛਣਾ ਆਇਆ ਸਾ ਪੰਥ ਨੇ ਮੋਰਚਾ ਕਦੋਂ ਲਾਉਣਾ। ਉਹ ਕਹਿੰਦੇ ਮੋਰਚਾ ਤਾਂ ਹੁਣ ਲਾਉਣਾ ਨਹੀਂ। ਕਿਉਂ ਨਹੀਂ ਲਾਉਣਾ? ਆਪਾਂ ਤਾਂ ਅੱਗੇ ਲਾਉਂਦੇ ਹਾਂ। ਕਹਿੰਦਾ ਹੁਣ ਆਪਣੀ ਸਰਕਾਰ ਬਣ ਗਈ ਆ। ਅਤੇ ਉਹ ਕਹਿੰਦਾ ਸਰਕਾਰ ਨਾਲ ਕੀ ਫਰਕ ਪੈਂਦਾ? ਮੰਤਰੀ ਸਮਝਾਉਣ ਲੱਗਾ, ਜਹਿਦਾਰ ਜੀ ਫਰਕ ਇਹ ਪੈਂਦਾ ਕਿ ਮੋਰਚੇ ਲਾਈਦੇ ਆ ਕਿ ਸਾਡੀ ਸਰਕਾਰ ਬਣ ਜਾਵੇ। ਹੁਣ ਆਪਣੀ ਸਰਕਾਰ ਬਣ ਗਈ ਆ, ਜਿੰਨਾ ਚਿਰ ਤੱਕ ਆਪਣੀ ਸਰਕਾਰ ਹੈਗੀ ਆਪਾਂ ਨੂੰ ਮੋਰਚੇ ਲਾਉਣ ਦੀ ਲੋੜ ਹੀ ਨਹੀਂ। ਅਤੇ ਜਹਿਦਾਰ ਕਹਿੰਦਾ ਸਰਕਾਰ ਕਦੋਂ ਟੁੱਟਣੀ ਹੈ? ਉਹ ਮੰਤਰੀ ਕਹਿੰਦਾ ਸਾਡੀ ਸਰਕਾਰ ਟੁੱਟ ਨਾ ਜਾਵੇ, ਜਹਿਦਾਰ ਨੇ ਆਖਿਆ ਸਰਕਾਰ ਕਦੋਂ ਟੁੱਟਣੀ ਹੈ? ਅਤੇ ਮੰਤਰੀ ਦਾ ਰੰਗ ਉੱਡ ਗਿਆ ਕਿ ਇਹ ਵੀ ਦਿਨ ਆਉਣੇ ਸੀ। ਇਹਨਾਂ ਕੋਲ ਕੁਛ ਇਸ ਤਰ੍ਹਾਂ ਦੀ ਰਿਜ਼ਰਵ ਫੋਰਸ ਪਿੰਡਾਂ 'ਚ ਹੁੰਦੀ ਸੀ ਜਿਹੜੀ ਮੋਰਚੇ ਲਾਉਣ ਵਾਸਤੇ ਸੀ। ਹੁਣ ਉਹ ਮੋਰਚੇ ਲੱਗੇ ਨਹੀਂ ਇੰਨਾ ਚਿਰ, ਇਹ ਸਰਕਾਰਾਂ ਚਲਾਉਣ ਲੱਗ ਪਏ, ਸਰਕਾਰਾਂ ਚਲਾਉਣ ਜਾਂ ਸਰਕਾਰਾਂ ਕਮਾਉਣ ਲੱਗ ਪਏ, ਉਹਦੇ ਦਰਮਿਆਨ ਉਹ ਕਿਸੇ ਹੋਰ ਪਾਸੇ ਜੁੜਦੇ ਗਏ। ਅੱਜ ਕੱਲ੍ਹ ਬਰਗਾੜੀ ਮੋਰਚੇ 'ਚ ਚਲ ਜਾਓ, ਉੱਥੇ ਵਾਹਵਾ ਸਾਰੀ ਫੌਜ ਇਹੋ ਜਿਹੀ ਆ ਜਿਨ੍ਹਾਂ ਨੂੰ ਇਹ ਪਤਾ ਕਿ ਘਰ ਜਾਣ ਦਾ ਵੀ ਫਾਇਦਾ ਕੋਈ ਨਹੀਂ, ਇੱਥੇ ਸਾਰਾ ਦਿਨ ਜਕਾਰੇ ਛੱਡੋ, ਨਾਰੇ ਲਾਓ, ਕਥਾ ਸੁਣਨੀ ਸੁਣ ਲਓ, ਨਹੀਂ ਤਾਂ ਕਨੂਕਰ 'ਚ ਬਹਿ ਕੇ ਘਰਾੜੇ ਮਾਰੀ ਜਾਓ। ਜਦੋਂ ਤੁਸੀਂ ਘਰਾੜੇ ਮਾਰੋਗੇ, ਰੋਟੀ ਦਾ ਟਾਈਮ ਹੋਇਆ ਅਤੇ ਲੰਗਰ ਪੱਤਰ ਲੱਗਾ, ਉਹਨਾਂ ਨੇ ਆਵਾਜ਼ ਮਾਰ ਕੇ ਠਾ ਹੀ ਲੈਣਾ। ਉਹ ਜਿਹੜੇ ਲੋਕ ਅਕਾਲੀ ਦਲ ਦੇ ਵਿੱਚ ਇਸ ਤਰ੍ਹਾਂ ਦੀਆਂ ਸਫਾਂ ਹੁੰਦੀਆਂ ਸਨ ਕਿ ਹਰ ਮੋਰਚੇ ਵਾਸਤੇ ਤਿਆਰ ਹੈ, ਉਹਨਾਂ ਨੇ ਪਰਨਾ ਮੁੱਢ 'ਤੇ ਰੱਖਿਆ ਹੁੰਦਾ ਸੀ, ਉਹ ਅੱਜ ਕੱਲ੍ਹ ਇਹਨਾਂ ਨਾਲ ਨਹੀਂ ਰਹਿ ਗਏ। ਇਹਨਾਂ ਨੇ ਪਿਛਲੇ ਸਮੇਂ 'ਚ ਇਹੋ ਜਿਹੇ ਅਕਾਲੀ ਨਵੇਂ ਲਿਆਉਂਦੇ ਆ
ਜਿਹੜੇ ਸ਼ਕਲੋਂ ਅਤੇ ਅਕਲੋਂ ਦੋਵਾਂ ਗੱਲਾਂ ਤੋਂ ਅਕਾਲੀ ਹੈ ਨਹੀਂ ਗਏ। ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਸੰਕਟ ਇਹ ਆ ਕਿ ਉੱਦਾਂ ਦੇ ਅਕਾਲੀਆਂ ਨੂੰ ਦੁਬਾਰਾ ਕਿਵੇਂ ਤੋਰਿਆ ਜਾਵੇ। ਉਹਦੇ ਵਾਸਤੇ ਕਦੇ ਪੰਜਾਬ 'ਚ ਮੋਰਚਾ, ਕਦੇ ਦਿੱਲੀ 'ਚ ਮੋਰਚਾ, ਪਰ ਮੋਰਚਾ ਖਾਲੀ ਮੋਰਚਾ ਹੀ ਉਹ 'ਚ ਬੰਦੇ ਨਹੀਂ ਆ ਰਹੇ। ਪਰ ਸਭ ਅਗਲਾ ਸਵਾਲ ਬੜਾ ਇਮੋਸ਼ਨਲ ਜਿਹਾ, ਕਿਉਂਕਿ ਆਪਾਂ ਤਾਂ ਜਦੋਂ ਵੀ ਗੱਲ ਕਰਦੇ ਇਹੀ ਕਹਿੰਦੇ ਕਿ ਸ਼ਹੀਦ ਆਜ਼ਮ, ਸ਼ਹੀਦ ਭਗਤ ਸਿੰਘ, ਪਰ ਹਿੰਦੁਸਤਾਨ ਦੇ ਮੇਰਾ ਖਿਆਲ ਅਜੇ ਵੀ ਕਿਸੇ ਕਾਗਜ਼ ਦੇ ਵਿੱਚ ਭਗਤ ਸਿੰਘ ਹੋਰਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। ਅਤੇ ਹੁਣ ਸੂਚਨਾ ਕਮਿਸ਼ਨ ਨੇ ਕਹਿੰਦੇ ਕਿ ਵੀ ਗ੍ਰਹਿ ਮੰਤਰਾਲੇ ਨੂੰ ਪੁੱਛਿਆ ਵੀ ਹਾਂਜੀ ਕੋਈ ਰਾਹ ਰਸਤਾ ਦੱਸੋ ਜਿਹਦੇ ਨਾਲ ਆਪਾਂ ਸ਼ਹੀਦ ਦਾ ਦਰਜਾ ਦੇ ਸਕੀਏ, ਕੋਈ ਸਥਿਤੀ ਸਪਸ਼ਟ ਹੋਵੇ, ਜੇ ਨਹੀਂ ਆ ਤਾਂ ਫਿਰ ਰਾਹ ਰਸਤਾ ਵੀ ਕੱਢਿਆ ਜਾਵੇ ਕਿ ਆਪਾਂ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇ ਸਕੀਏ। ਇਹ ਕੀ ਸਵਾਲ ਹੈ ਜੀ? ਦੇਖੋ ਜੀ, ਕਿਸੇ ਦੇਸ਼ ਭਗਤ ਬੰਦੇ ਨੇ ਸੂਚਨਾ ਕਮਿਸ਼ਨ ਦੇ ਕੋਲ ਅਰਜੀ ਦਿੱਤੀ ਹੈ ਕਿ ਮੈਂ ਸਾਰਿਆਂ ਪਾਸਿਆਂ ਤੋਂ ਪੁੱਛਿਆ ਜੀ ਕਿ ਸ਼ਹੀਦ ਭਗਤ ਸਿੰਘ ਦੇ ਕੋਲ ਸ਼ਹੀਦ ਦਾ ਦਰਜਾ ਹੈਗਾ ਕਿ ਨਹੀਂ ਹੈਗਾ, ਮੈਨੂੰ ਕੋਈ ਜਵਾਬ ਨਹੀਂ ਦਿੰਦਾ। ਇੱਕ ਦੋ ਜਣਿਆਂ ਨੇ ਜਵਾਬ ਦਿੱਤਾ ਮਹਿਕਮਿਆਂ ਨੇ ਕਿ ਉਹ ਸ਼ਹੀਦ ਨਹੀਂ ਸੀ, ਅਤੇ ਫਿਰ ਕੀ ਸੀ ਜੀ, ਉਹਨੂੰ ਸ਼ਹੀਦ ਦਾ ਦਰਜਾ ਕਿਉਂ ਨਹੀਂ ਦਿੱਤਾ ਜਾ ਰਿਹਾ? ਇਹਦੇ ਸਵਾਲ ਦੇ ਉੱਤੇ ਹੁਣ ਸਾਡੇ ਸੂਚਨਾ ਕਮਿਸ਼ਨ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਲਿਖਿਆ ਕਿ ਤੁਸੀਂ ਇਹਦੀ ਪੁਣਛਾਣ ਕਰੋ, ਅਤੇ ਜੇ ਇਹ ਦਰਜਾ ਨਹੀਂ ਦਿੱਤਾ ਗਿਆ ਤਾਂ ਹੁਣ ਇਹਨੂੰ ਦਰਜਾ ਦਿਓ ਜੀ। ਨਾਲ ਸੂਚਨਾ ਕਮਿਸ਼ਨ ਨੇ ਇਹ ਵੀ ਕਹਿਤਾ, ਤੁਹਾਨੂੰ ਪਤਾ ਨਹੀਂ ਗਾ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਸਰਬਜੀਤ ਸਿੰਘ ਮਾਰਿਆ ਗਿਆ ਸੀ, ਉਹ ਕੋਈ ਦੇਸ਼ ਭਗਤ ਨਹੀਂ ਸੀ, ਉਹਨੂੰ ਜਨਤਕ ਦਬਾਅ ਥੱਲੇ ਪੰਜਾਬ ਦੀ ਸਰਕਾਰ ਨੇ ਵਿਧਾਨ ਸਭਾ ਸ਼ਰਧਾਂਜਲੀ ਭੇਟ ਕਰਕੇ ਅਤੇ ਸ਼ਹੀਦ ਦਾ ਦਰਜਾ ਦੇ ਦਿੱਤਾ। ਜੇ ਉਹਨੂੰ ਮਿਲ ਸਕਦਾ ਤਾਂ ਭਗਤ ਸਿੰਘ ਨੂੰ ਕੋਈ ਨਹੀਂ ਜੀ। ਨਾਲ ਠੀਕ ਆ, ਜਿਹੜਾ ਸਰਬਜੀਤ ਸੀ ਉਹ ਕੋਈ ਦੇਸ਼ ਭਗਤੀ ਵਾਲੇ ਕੰਮ ਵਿੱਚ ਨਹੀਂ ਸੀ, ਉਹਦੇ ਬਾਰੇ ਕਈ ਗੱਲਾਂ ਉਹਦੇ ਪਿੰਡ ਦੇ ਲੋਕ ਦੱਸਦੇ ਸਨ, ਚਲੋ ਜਿੱਦਾਂ ਵੀ ਆ, ਉਹ ਉੱਥੇ ਮਾਰਿਆ ਗਿਆ। ਇੱਥੇ ਪਾਰਲੀਮੈਂਟ ਨੇ ਵੀ ਸ਼ਹੀਦ ਦਾ ਦਰਜਾ ਦੇ ਦਿੱਤਾ, ਪੰਜਾਬ ਵਿਧਾਨ ਸਭਾ ਨੇ ਵੀ ਦੇ ਦਿੱਤਾ। ਉਹਦੇ ਪਰਿਵਾਰ ਨੂੰ ਜਿਹੜੇ ਪੈਸੇ ਮਿਲੇ ਉਹਨਾਂ ਪੈਸਿਆਂ ਦੀ ਵੀ ਚਰਚਾ, ਜਿਹੜੀਆਂ ਪਰਿਵਾਰ ਨੂੰ ਨੌਕਰੀਆਂ ਮਿਲੀਆਂ ਉਹਨਾਂ ਦੀ ਵੀ ਚਰਚਾ, ਪਰ ਉਹ ਸਾਰਾ ਮੁੱਦਾ ਪਾਸੇ ਰਹਿੰਦਾ। ਸਾਡੀ ਜਿਹੜੀ ਸੋਚ ਆ ਉਹ ਹੈ ਕਿ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ, ਬੜੇ ਲੋਕ ਜਿਹੜਾ ਮੰਗ ਕਰਦੇ, ਪਰ ਕਿਹਨੂੰ ਕਿਹਨੂੰ ਅਸੀਂ ਦਵਾਓਗੇ? ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਸ਼ਹੀਦ, ਮਦਨ ਲਾਲ ਢੀਂਗਰਾ, ਇਹ ਕਿੰਨੇ ਸਨ ਸਾਡੇ ਕੋਲ ਜਿਹੜੇ ਸ਼ਹੀਦ ਸਨ? ਇਹਨਾਂ ਸਾਰਿਆਂ ਨੂੰ ਕਿਸੇ ਨੂੰ ਸ਼ਹੀਦ ਦਾ ਦਰਜਾ ਬਕਾਇਦਾ ਤੌਰ 'ਤੇ ਨਹੀਂ ਦਿੱਤਾ ਗਿਆ। ਇਹਨਾਂ ਦੀ ਗੱਲ ਤਾਂ ਛੱਡੋ, ਜਿਹਨੂੰ ਬਾਪੂ ਗਾਂਧੀ ਕਹੀ ਜਾਂਦੇ ਆ, ਰਾਸ਼ਟਰਪਿਤਾ ਕਹੀ ਜਾਂਦੇ ਆ, ਨੋਟਾਂ ਦੇ ਉਹਦੇ ਫੋਟੋ ਛਾਪੀ ਜਾਂਦੇ ਆ, ਉਹਦੇ ਬਾਰੇ ਅੱਜ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਉਹਨੂੰ ਬਾਪੂ ਦਾ ਦਰਜਾ ਕਿਹਨੇ ਦਿੱਤਾ ਸੀ। ਇਹ ਨਹੀਂ ਪਤਾ ਲੱਗ ਸਕਿਆ ਕਿ ਉਹਨੂੰ ਰਾਸ਼ਟਰਪਿਤਾ ਯਾਨੀ ਫਾਦਰ ਆਫ ਨੇਸ਼ਨ ਕਹਿੰਦੇ ਆ। ਇਹ ਫਾਦਰ ਆਫ ਨੇਸ਼ਨ ਦਾ ਫੈਸਲਾ ਕਿਹਨੇ ਕੀਤਾ ਸੀ ਕਿ ਹੋਵੇਗਾ? ਸਰਕਾਰ ਨੇ ਕੀਤਾ ਸੀ, ਕਿਤੇ ਕੈਬਨਿਟ ਮੋਹਰ ਨਹੀਂ ਲਾਈ ਗਈ, ਕਿ ਪਾਰਲੀਮੈਂਟ ਨੇ ਕੀਤਾ ਸੀ, ਪਾਰਲੀਮੈਂਟ 'ਚ ਕਦੇ ਮਤਾ ਨਹੀਂ ਆਇਆ, ਕਿਸੇ ਪਾਰਟੀ ਨੇ ਐਲਾਨ ਕੀਤਾ ਸੀ, ਕਦੇ ਕੋਈ ਫੈਸਲਾ ਹੀ ਨਹੀਂ ਹੋਇਆ। ਪਰ ਉਹਨੂੰ ਬਾਪੂ ਵੀ ਆਖੀ ਜਾਂਦੇ ਆ, ਪਤਾ ਨਹੀਂ ਕਿਹੜੇ ਰਿਸ਼ਤੇ 'ਚੋਂ ਆਖੀ ਜਾਂਦੇ, ਉਹਨਾਂ ਨੂੰ ਪਤਾ ਹੋਊਗਾ। ਪਰ ਇਹਦੇ ਵਿੱਚ ਉਹਨੂੰ ਦੇਸ਼ ਪਿਤਾ ਦੇ ਨਾਲ ਨਾਲ ਮਤਲਬ ਰਾਸ਼ਟਰਪਿਤਾ ਜਿਸ ਤਰ੍ਹਾਂ ਜੋ ਕੁਝ ਆਖੀ ਜਾਂਦੇ ਨੇ, ਉਹ ਸਾਰੇ ਦੀ ਕਿਤੇ ਕੋਈ ਐਂਟਰੀ ਨਹੀਂ ਮਿਲਦੀ ਕਿ ਕਦੋਂ ਕੀਤਾ ਗਿਆ। ਇੱਥੇ ਤਾਂ ਇਹ ਹੈ ਕਿ ਇਹਨਾਂ ਮਾਮਲਿਆਂ ਦੇ ਉੱਤੇ ਸਰਕਾਰਾਂ ਫੈਸਲਾ ਹੀ ਕੋਈ ਨਹੀਂ ਕਰਦੀਆਂ। ਮੇਰੀ ਨਿੱਜੀ ਸਮਝ ਆ ਕਿ ਭਗਤ ਸਿੰਘ ਹੋਵੇ, ਕਰਤਾਰ ਸਿੰਘ ਸਰਾਭਾ ਹੋਵੇ, ਕਰਨੈਲ ਸਿੰਘ ਈਸਲੋ ਹੋਵੇ, ਸ਼ਹੀਦ ਊਧਮ ਸਿੰਘ ਹੋਵੇ, ਇਹ ਜਿੰਨੇ ਸ਼ਹੀਦ ਸੀ ਇਹਨਾਂ ਨੂੰ ਕਿਸੇ ਸਰਕਾਰੀ ਦਰਜੇ ਦੀ ਲੋੜ ਨਹੀਂ। ਸਾਡੇ ਲੋਕਾਂ ਦੇ ਮਨਾਂ ਵਿੱਚ ਸ਼ਹੀਦ ਭਗਤ ਸਿੰਘ ਵਸਿਆ ਪਿਆ। ਇੱਥੋਂ ਵਾਹਗੇ ਬਾਰਡਰ ਤੋਂ ਲੈ ਕੇ ਕੇਰਲਾ ਕਰਨਾਟਕਾ ਤੱਕ ਚਲੇ ਜਾਓ, ਜਦੋਂ ਸ਼ਹੀਦ ਭਗਤ ਸਿੰਘ ਦਾ ਨਾਂ ਲੈਂਦੇ ਹਾਂ, ਲੋਕਾਂ ਦੇ ਖਾਸ ਤੌਰ 'ਤੇ ਨੌਜਵਾਨਾਂ ਦੇ ਡੌਲੇ ਫਰਕਣ ਲੱਗ ਪੈਂਦੇ ਆ ਕਿ ਸਾਡਾ ਇੱਕ ਭਗਤ ਸਿੰਘ ਹੋਇਆ। ਜੇ ਲੋਕਾਂ ਦੀ ਮਾਨਸਿਕਤਾ ਦੇ 'ਚ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾ ਚੁੱਕਾ ਅਤੇ ਸਰਕਾਰੀ ਤੌਰ 'ਤੇ ਦਰਜਾ ਮਿਲਦਾ ਕਿ ਨਹੀਂ ਮਿਲਦਾ ਜਾਂ ਕੋਈ ਫਰਕ ਨਹੀਂ ਪੈਂਦਾ, ਉੱਦਾਂ ਇਹ ਮੈਂ ਦੱਸਦਿਆਂ ਕਿ ਸ਼ਹੀਦ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਜਿਹੜੀ ਸੀ, ਉਹਨੂੰ ਗਿਆਨੀ ਜੈਲ ਸਿੰਘ ਦੀ ਸਰਕਾਰ ਵੇਲੇ ਸ਼ਹੀਦ ਮਾਤਾ ਦੇ ਤੌਰ 'ਤੇ ਪੰਜਾਬ ਮਾਤਾ ਨਾਂ ਦਿੱਤਾ ਗਿਆ ਸੀ। ਉਹਨੂੰ ਪੰਜਾਬ ਮਾਤਾ ਦੇ ਤੌਰ 'ਤੇ ਉਹਨੂੰ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ ਗਿਆ ਸੀ, ਕਾਰ ਦਿੱਤੀ ਗਈ ਸੀ, ਔਰ ਇਹਦੇ ਉੱਤੇ ਰੌਲਾ ਵੀ ਬਹੁਤ ਪਿਆ ਸੀਗਾ ਕਿ ਇਹ ਪੰਜਾਬ ਮਾਤਾ ਕਿੱਦਾਂ ਬਣ ਗਈ, ਇਹਨੂੰ ਕਾਰ ਕਿੱਦਾਂ ਦੇ ਦਿੱਤੀ ਗਈ। ਅਤੇ ਗਿਆਨੀ ਜੈਲ ਸਿੰਘ ਕਹਿੰਦਾ ਸੀ ਕਿ ਸਾਡੇ ਮਤਭੇਦ ਰਾਜਨੀਤੀ ਦੇ ਹੋ ਸਕਦੇ ਆ, ਸ਼ਹੀਦ ਭਗਤ ਸਿੰਘ ਨੇ ਪੰਜਾਬ ਵਾਸਤੇ, ਦੇਸ਼ ਵਾਸਤੇ ਜੋ ਕੁਝ ਕੀਤਾ ਉਹਨੂੰ ਧਿਆਨ 'ਚ ਰੱਖਦਿਆਂ ਅਸੀਂ ਸ਼ਹੀਦ ਭਗਤ ਸਿੰਘ ਦੀ ਮਾਤਾ ਨੂੰ ਇਹ ਦਰਜਾ ਦੇ ਰਹੇ ਹਾਂ। ਪਰ ਸਰਕਾਰੀ ਤੌਰ 'ਤੇ ਪੰਜਾਬ ਵਿਧਾਨ ਸਭਾ 'ਚ ਜਾਂ ਪੰਜਾਬ ਸਰਕਾਰ 'ਚ ਇਹ ਫੈਸਲਾ ਉਦੋਂ ਵੀ ਨਹੀਂ ਸੀ ਹੋਇਆ ਕਿ ਅਸੀਂ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣਾ। ਹੁਣ ਬਕਾਇਦਾ ਤੌਰ 'ਤੇ ਸ਼ਹੀਦ ਦਾ ਦਰਜਾ ਅੱਜ ਦੇ ਵੀ ਦੇਣ, ਫਾਇਦਾ ਕੀ ਹੋਵੇਗਾ? ਕਹਿੰਦੇ ਜੀ ਉਹਦੀਆਂ ਗ੍ਰਾਂਟਾਂ ਮਿਲਣਗੀਆਂ। ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਕੋਈ ਬੀਜੇਪੀ ਨਾਲ ਆ, ਕੋਈ ਕਾਂਗਰਸ ਨਾਲ ਆ, ਵੱਡਾ ਹਿੱਸਾ ਉਹਨਾਂ ਦਾ ਉਹ ਅੱਜ ਦੀ ਤਰੀਕ ਵਿੱਚ ਖੱਬੇ ਪੱਖੀਆਂ ਨਾਲ ਆ। ਉਹ ਜਿੰਨੇ ਕੁ ਦੇ ਵਾਰਸ ਨੇ ਕਿ ਉਹਨਾਂ ਸਾਰਿਆਂ 'ਚੋਂ ਗ੍ਰਾਂਟਾਂ ਵੰਡੀਆਂ ਜਾਣਗੀਆਂ, ਅਤੇ ਜੇ ਇੰਨੇ ਥਾਈਂ ਵੰਡੀਆਂ ਗਈਆਂ ਤਾਂ ਪੰਜ ਪੰਜ ਸੱਤ ਸੱਤ ਹਜ਼ਾਰ ਰੁਪਏ ਆਉਣਗੇ, ਉਹਦੇ ਨਾਲ ਉਹਨਾਂ ਨੂੰ ਕਿੰਨਾ ਕੁ ਫਰਕ ਪੈ ਜਾਏਗਾ? ਕੋਈ ਫਰਕ ਨਹੀਂ ਪੈਣਾ। ਇਹਦੀ ਥਾਂ 'ਤੇ ਬਿਹਤਰ ਗੱਲ ਇਹ ਆ ਕਿ ਹਿੰਦੁਸਤਾਨ ਦੇ ਲੋਕਾਂ ਦੀ ਮਾਨਸਿਕਤਾ ਜਿਹੜੀ ਆ ਉਹਨੂੰ ਵੇਖਿਆ ਜਾਵੇ, ਔਰ ਇਹ ਵੀ ਵੇਖਿਆ ਜਾਵੇ ਕਿ ਸ਼ਹੀਦ ਭਗਤ ਸਿੰਘ ਇਕੱਲਾ ਨਹੀਂ ਸੀ,
ਉਹਦੇ ਨਾਲ ਰਾਜਗੁਰੂ ਅਤੇ ਦੂਸਰਾ ਸੁਖਦੇਵ ਸੀ। ਸੁਖਦੇਵ ਲੁਧਿਆਣੇ ਦੇ ਥਾਪਰਾਂ ਦਾ ਮੁੰਡਾ ਸੀ ਅਤੇ ਜਿਹੜਾ ਰਾਜਗੁਰੂ ਸੀ ਉਹਦੇ ਕੁੱਲ ਦਾ ਨਾਂ ਗੋਤ ਉਹਦੀ ਸੀ ਰਾਜਗੁਰੂ, ਨਾਂ ਉਹਦਾ ਸ਼ਿਵਰਾਮ ਸੀ। ਮੈਂ ਪੁਣੇ 'ਚ ਉਹਨਾਂ ਦੇ ਘਰ ਜਾ ਕੇ ਆਇਆ, ਉਹਦੇ ਪਰਿਵਾਰ ਨੂੰ ਮਿਲ ਕੇ ਆਇਆ, ਉਸ ਕਮਰੇ 'ਚ ਬਹਿ ਕੇ ਆਇਆ ਜਿਹੜਾ ਉਹਦਾ ਕਮਰਾ ਸੀ, ਮੈਨੂੰ ਚੰਗਾ ਲੱਗਾ ਉੱਥੇ। ਪਰ ਇਹ ਸਰਕਾਰੀ ਦਰਜਿਆਂ ਦੇ ਮੁਤਾਜ ਨਹੀਂ ਗਏ, ਉੱਦਾਂ ਵੀ ਸ਼ਹੀਦ ਦਾ ਦਰਜਾ ਇਹਨਾਂ ਦਾ ਜਨਤਾ 'ਚ ਹੈਗਾ ਹੀ ਹੈ। ਅਤੇ ਬਨੂ ਸਾਹਿਬ, ਅਗਲਾ ਸਵਾਲ ਵੀ ਇਹਦੇ ਨਾਲ ਹੀ ਸੰਬੰਧਿਤ ਹੈ। ਸੁਭਾਸ਼ ਚੰਦਰ ਬੋਸ ਹੋਰਾਂ ਦੇ ਪੜਪੋਤੇ ਨੇ ਹੁਣ ਇੱਕ ਗੱਲ ਕੱਢੀ, ਉਹ ਕਹਿੰਦੇ ਕਿ ਵੀ ਜਪਾਨ ਦੀ ਜਿਹੜੀ ਸਰਕਾਰ ਹੈ ਉਹ ਉਹਨਾਂ ਦੇ ਨਾਲ ਜਿਹੜੇ ਸੰਬੰਧਿਤ ਦਸਤਾਵੇਜ਼ ਸੀਗੇ ਉਹ ਦੇਣ ਦੇ ਲਈ ਰਾਜ਼ੀ ਹੋ ਗਈ। ਹੁਣ ਗੱਲ ਇਹ ਕਿ ਇੰਨੇ ਸਾਲ ਬਾਅਦ ਜੇ ਉਹ ਦਸਤਾਵੇਜ਼ ਸਾਹਮਣੇ ਆਉਂਦੇ ਆ ਤਾਂ ਕੀ ਲੱਗਦਾ ਕਿ ਉਸ ਤੋਂ ਬਾਅਦ ਫਿਰ ਕੋਈ ਕਹਾਣੀ ਕਿਸੇ ਪਾਸੇ ਤੁਰ ਸਕਦੀ? ਇਹ ਜਿਹੜਾ ਪੜਪੋਤਾ ਨਾ ਜੀ, ਅੱਜ ਕੱਲ੍ਹ ਬੀਜੇਪੀ ਦਾ ਲੀਡਰ, ਪਹਿਲਾਂ ਖੱਬੇ ਪੱਖਿਆਂ ਨਾਲ ਹੁੰਦਾ ਸੀ ਜੀ, ਜਦੋਂ ਬੀਜੇਪੀ ਦਾ ਲੀਡਰ ਬਣ ਜਾਂਦਾ ਫਿਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਨੀ ਸ਼ਬਦਾਵਲੀ ਲਫਾ ਜੀ ਉਹ ਤਾਂ ਘੁੱਟ ਨਹੀਂ ਜਾਣ ਦਿੰਦਾ, ਸਿੱਖ ਲੈਂਦਾ। 2014 ਦੀਆਂ ਚੋਣਾਂ ਦੇ ਵਿੱਚ ਨਰਿੰਦਰ ਮੋਦੀ ਨੇ ਆਖਿਆ ਸੀ ਜੇ ਮੈਂ ਪ੍ਰਧਾਨ ਮੰਤਰੀ ਬਣ ਗਿਆ ਤਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਲ ਜੋ ਕੁਝ ਵੀ ਵਾਪਰਿਆ ਉਹਦਾ ਸੱਚ ਸਾਹਮਣੇ ਲਿਆਉਂ, ਹੁਣ ਤੱਕ ਲਿਆਉਂਦਾ ਕਿਉਂ ਨਹੀਂ? ਉਹ ਕਹਿੰਦਾ ਸੀ ਮੈਂ ਸਾਰੀਆਂ ਫਾਈਲਾਂ ਖੋਲ੍ਹ ਦਿਆਂਗਾ, ਪਤਾ ਲੱਗ ਜਾਏਗਾ ਸਾਰੀਆਂ ਫਾਈਲਾਂ ਕਿਹੜੀਆਂ। ਪ੍ਰਧਾਨ ਮੰਤਰੀ ਦਫ਼ਤਰ ਵਿੱਚ ਫਾਈਲਾਂ ਇਹ ਖੋਲ੍ਹ ਸਕਦਾ ਸੀ, ਸਾਰੀਆਂ ਨਹੀਂ ਖੋਲ੍ਹੀਆਂ, ਕੁਝ ਖੋਲ੍ਹੀਆਂ। ਦੇਸ਼ ਦੇ ਗ੍ਰਹਿ ਮੰਤਰੀ ਦੇ ਦਫ਼ਤਰ ਵਿੱਚ ਕੁਝ ਫਾਈਲਾਂ ਸੀ, ਉਹ ਅਜੇ ਤੱਕ ਸਾਰੀਆਂ ਨਹੀਂ ਖੋਲ੍ਹੀਆਂ, ਕੁਝ ਖੋਲ੍ਹੀਆਂ। ਦੇਸ਼ ਦੇ ਵਿਦੇਸ਼ ਮੰਤਰਾਲੇ ਵਿੱਚ ਫਾਈਲਾਂ ਸਨ, ਪਤਾ ਨਹੀਂ ਸਾਰੀਆਂ ਖੋਲ੍ਹੀਆਂ ਕਿ ਕੁਝ ਖੁੱਲ੍ਹ ਗਈਆਂ, ਮੈਨੂੰ ਪਤਾ ਨਹੀਂ। ਉਹ ਕਿਉਂਕਿ ਨੇਤਾ ਜੀ ਸੁਭਾਸ਼ ਪਿੱਛੋਂ ਬੰਗਾਲ ਦੇ ਸਨ ਅਤੇ ਬੰਗਾਲ ਦੀ ਸਰਕਾਰ ਦੇ ਕੋਲ ਵੀ ਉਹਦੀਆਂ ਕੁਝ ਫਾਈਲਾਂ ਨੇ, ਕੋਈ ਸਰਕਾਰ ਕੋਲ ਨੇ, ਕੋਈ CID ਕੋਲ ਨੇ, ਕੁਝ ਪੁਲਿਸ ਕੋਲ ਨੇ, ਉਹ ਸਾਰੀਆਂ ਪਤਾ ਨਹੀਂ ਲੱਗਦਾ ਕਿੱਥੇ ਕਿੱਥੇ ਨੇ। ਫਿਰ ਉਹਨਾਂ ਨੂੰ ਜਿਹੜਾ ਹਾਦਸਾ ਪੇਸ਼ ਆਇਆ, ਹਵਾਈ ਜਹਾਜ਼ ਸੀ ਉੱਡਿਆ, ਕਹਿੰਦੇ ਉੱਡਣ ਤੋਂ ਬਾਅਦ ਡਿੱਗ ਪਿਆ, ਉਹ ਜਿਹੜਾ ਹਵਾਈ ਹਾਦਸਾ ਸੀ ਉਹ ਹੋਇਆ ਹਾਂਗਕਾਂਗ ਦੇ ਵਿੱਚ, ਹਾਂਗਕਾਂਗ ਵਿੱਚ ਹੋਇਆ। ਅਤੇ ਉੱਥੋਂ ਦੀ ਸਰਕਾਰ ਜਿਹੜੀ ਆ ਉਹ ਅਜੇ ਤੱਕ ਨਹੀਂ ਦੱਸਦੀ ਕੀ ਹੋਇਆ ਸੀ, ਉਹ ਕਹਿੰਦੇ ਸਾਨੂੰ ਪੂਰਾ ਪਤਾ ਹੀ ਨਹੀਂ। ਉੱਥੋਂ ਕਹਿੰਦੇ ਆ ਕਿ ਚੁੱਕ ਕੇ ਜਪਾਨ ਵਾਲੇ ਲੈ ਗਏ ਸੀ, ਜੇ ਜਪਾਨ ਵਾਲੇ ਲੈ ਗਏ ਸੀ ਤਾਂ ਜਪਾਨ ਵਾਲੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੱਲ੍ਹ ਸਾਂਝਾਂ ਬਣੀਆਂ, ਇਹ ਕਹਿ ਕੇ ਕਢਾ ਲੈਣ। ਜਿਹੜਾ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਪੜਪੋਤਾ ਪ੍ਰੈਸ ਸਾਹਮਣੇ ਬੋਲਦਾ, ਉਹ BJP ਦਾ ਉੱਥੇ ਵਾਈਸ ਪ੍ਰੈਜੀਡੈਂਟ ਹੈ ਪੱਛਮੀ ਬੰਗਾਲ 'ਚ, BJP ਦਾ ਵਾਈਸ ਪ੍ਰੈਜੀਡੈਂਟ ਹੁਣ ਤਾਂ ਮਤਲਬ ਕਿ ਨਰਿੰਦਰ ਮੋਦੀ ਨਾਲ ਵੀ ਨੇੜਤਾ, ਅਤੇ ਫਿਰ ਪ੍ਰੈਸ ਵਿੱਚ ਕਾਹਨੂੰ ਬੋਲਦਾ? ਨਰਿੰਦਰ ਮੋਦੀ ਨੂੰ ਜਾ ਕੇ ਆਖਿਆ ਜੀ ਫਾਈਲਾਂ ਲਿਆਓ, ਤੁਸੀਂ ਤਾਂ ਜਾਂਦੇ ਹੋ ਤਾਂ ਜਪਾਨ ਤੁਹਾਡਾ ਕਾਫੀ ਆਉਣ ਜਾਣ ਰਹਿੰਦਾ, ਕਦੇ ਛਿੰਜੋ ਆਵੇ ਤੁਹਾਡੇ ਕੋਲ ਰੋਡ ਸ਼ੋਅ ਕਰਨ ਆ ਜਾਂਦਾ, ਕਦੇ ਤੁਸੀਂ ਉਹਦੇ ਕੋਲ ਡਿਨਰ ਕਰਨ ਚੱਲ ਜਾਂਦੇ ਹਾਂ, ਅਤੇ ਤੁਸੀਂ ਇੰਨੀ ਕੁ ਗੱਲ ਦਾ ਪਤਾ ਵੀ ਕਰ ਦਿਓ, ਇਹ ਕੋਈ ਨਹੀਂ। ਪ੍ਰਧਾਨ ਮੰਤਰੀ ਨੇ ਆਖਿਆ ਸੀ ਮੈਂ ਬਾਹਰੋਂ ਲਿਆਉਂ, ਬ੍ਰਿਟੇਨ ਦੀ ਸਰਕਾਰ ਦੇ ਕੋਲ ਫਾਈਲਾਂ ਪਈਆਂ ਨੇ, ਅੱਜ ਤੱਕ ਨਹੀਂ ਮੰਗੀਆਂ ਗਈਆਂ। ਉਹਨਾਂ ਫਾਈਲਾਂ ਵਿੱਚੋਂ ਕੁਝ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ ਕੋਲ ਨੇ, ਕੁਝ ਉੱਥੋਂ ਦਾ ਫੋਰਨ ਆਫਿਸ ਸੀ ਉਹਦੇ ਵਿੱਚ ਇੱਕ ਇੰਡੀਆ ਬ੍ਰਾਂਚ ਹੁੰਦੀ ਸੀ ਉਹਦੇ ਕੋਲ, ਉਹ ਵੀ ਅਜੇ ਤੱਕ ਪਤਾ ਕੋਈ ਨਹੀਂ ਲੱਗਦਾ ਪਿਆ। ਕੁਝ ਹਿੱਸੇ ਰੂਸ ਵਿੱਚ ਪਏ ਨੇ, ਇੰਨੀਆਂ ਥਾਵਾਂ ਤੋਂ ਫੋੜਾ ਫਾੜੀ ਕਰਕੇ ਇੱਕ ਬੰਦੇ ਵਾਸਤੇ ਲੱਭ ਕੇ ਲਿਆ ਕੇ ਇਹ ਪੇਸ਼ ਕੀ ਕਰਨਗੇ? ਫਿਰ ਤਾਂ ਇੱਕੋ ਹੀ ਆ ਕਿ ਸਾਰਿਆਂ ਥਾਵਾਂ 'ਤੇ ਗੋਡਾ ਮਾਰੋ ਅਤੇ ਇੱਕ ਖਾਲੀ ਬਕਸਾ ਫੜਾ ਕੇ ਆਖੋ ਕਿ ਸਾਡੇ ਪੱਲੇ ਆ ਪਿਆ। ਜਰਮਨੀ 'ਚ ਜਾ ਕੇ ਨੇਤਾ ਜੀ ਦੀ ਪੜਪੋਤੀ ਨੂੰ ਨਰਿੰਦਰ ਮੋਦੀ ਸਾਹਿਬ ਕਹਿੰਦੇ ਸੀ ਮੈਂ ਮਿਲ ਕੇ ਆਇਆ, ਹੁਣ ਪੜਪੋਤੀ ਕੌਣ ਮੈਨੂੰ ਤਾਂ ਪਤਾ ਨਹੀਂ। ਇਹਦੇ ਦੌਰਾਨ ਇੱਕ ਰੌਲਾ ਹੋਰ ਪੈ ਚੁੱਕਾ ਕਿ ਇਹ ਮੰਗ ਕੀਤੀ ਗਈ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਭਾਰਤ ਰਤਨ ਦਿੱਤਾ ਜਾਵੇ, ਅਤੇ ਸਰਕਾਰ ਨੇ ਫੈਸਲਾ ਕਰ ਲਿਆ ਕਿ ਦੇ ਦਿੰਦੇ ਹਾਂ। ਇਸੇ ਬਹਾਨੇ ਸੁਭਾਸ਼ ਦੇ ਨਾਂ 'ਤੇ ਦੇਸ਼ ਵਿੱਚੋਂ 4 ਵੋਟਾਂ ਹੋਰ ਵੱਧ ਜਾਣਗੀਆਂ। ਜਦੋਂ ਪਰਿਵਾਰ ਨੂੰ ਪੁੱਛਿਆ ਗਿਆ ਤਾਂ ਪਰਿਵਾਰ ਨੇ ਆਖਿਆ ਸਰਕਾਰ ਜੀ ਤੁਸੀਂ ਪਹਿਲਾਂ ਇਹ ਦੱਸੋ ਕਿ ਤੁਹਾਨੂੰ ਇਹ ਪਤਾ ਕਿ ਜਿਹਨੂੰ ਭਾਰਤ ਰਤਨ ਦਿੱਤਾ ਜਾਵੇ ਉਹ ਦੇਣ ਦੇ ਦੋਵੇਂ ਤਰੀਕੇ ਹੁੰਦੇ ਆ, ਜਾਂ ਤਾਂ ਉਹ ਆਪ ਆ ਕੇ ਲਵੇ ਅਤੇ ਜੇ ਉਹ ਮਰ ਗਿਆ ਤਾਂ ਉਹਦੇ ਪਰਿਵਾਰ 'ਚੋਂ ਕੋਈ ਲਵੇ। ਆਪ ਉਹ ਆ ਨਹੀਂ ਸਕਦਾ ਕਿਉਂਕਿ ਪਤਾ ਨਹੀਂ ਕਿੱਥੇ ਆ, ਅਤੇ ਜੇ ਪਰਿਵਾਰ 'ਚੋਂ ਕਿਸੇ ਲੈਣਾ ਤਾਂ ਪਹਿਲਾਂ ਇਹ ਡਿਕਲੇਅਰ ਕਰਨਾ ਪਏਗਾ ਕਿ ਉਹ ਮਰ ਗਿਆ, ਅਤੇ ਅੱਜ ਤੱਕ ਭਾਰਤ ਸਰਕਾਰ ਨੇ ਡਿਕਲੇਅਰ ਤਾਂ ਕੀਤਾ ਨਹੀਂ, ਕਾਗਜ਼ਾਂ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਉਹ ਮਰ ਗਿਆ। ਜਿਹੜਾ ਬੰਦਾ ਮਰਿਆ ਨਹੀਂ ਉਹਨੂੰ ਮਰੇ ਤੋਂ ਬਗੈਰ ਉਹਦਾ ਜਿਹੜਾ ਅਵਾਰਡ ਹੈ ਭਾਰਤ ਰਤਨ ਦਾ ਤੁਸੀਂ ਦੂਜੇ ਕਿਸਮ ਦੇ ਤਾਂ ਕਿੱਦਾਂ ਦੇ ਸਕਦੇ ਆ? ਸਾਡੇ ਪਰਿਵਾਰ 'ਚੋਂ ਕਿਹੜਾ ਜਾ ਕੇ ਉੱਥੇ ਅਵਾਰਡ ਲੈ ਕੇ ਆਖੇਗਾ ਨੇਤਾ ਜੀ ਸੁਭਾਸ਼ ਚੰਦਰ ਮਰ ਗਏ? ਅਸੀਂ ਤਾਂ ਅੱਜ ਤੱਕ ਉਹਨਾਂ ਨੂੰ ਮਰ ਗਏ ਨਹੀਂ ਸਮਝਦੇ, ਸਾਡੀ ਗਿਣਤੀ ਵੀ ਤਾਂ ਜਿਉਂਦੇ ਆ। ਜੇ ਜਿਉਂਦੇ ਆ ਜਦੋਂ ਸਾਡਾ ਪਰਿਵਾਰ ਇਸ ਗੱਲ ਨੂੰ ਮਾਨਤਾ ਹੀ ਨਹੀਂ ਦਿੰਦਾ ਕਿ ਉਹ ਜਿਉਂਦੇ ਕਿ ਨਹੀਂ ਜਿਉਂਦੇ, ਇਹ ਇਸ ਬਹਿਸ ਵਿੱਚ ਪੈਂਦਾ ਹੀ ਨਹੀਂ, ਅਤੇ ਫਿਰ ਅਸੀਂ ਭਾਰਤ ਰਤਨ ਦਾ ਅਵਾਰਡ ਕਿੱਦਾਂ ਲੈ ਸਕਦੇ ਹਾਂ? ਜਿਹੜੀ ਖੇਡ ਨਰਿੰਦਰ ਮੋਦੀ ਖੇਡਣਾ ਚਾਹੁੰਦਾ ਸੀ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਂ ਦੇ ਉੱਤੇ ਇੱਕ ਅਵਾਰਡ ਦੇ ਕੇ ਉਹਦੇ ਪਰਿਵਾਰ ਦੇ ਕਿਸੇ ਜੀਵ ਨੂੰ ਲਿਆ ਕੇ 4 ਫੋਟੋ ਖਿਚਾ ਕੇ, ਅਤੇ ਫਿਰ ਮੈਂ ਬੰਗਾਲ ਦੇ ਸਾਰੇ ਲੋਕਾਂ ਨੂੰ ਆਖਾਂਗਾ ਕਿ ਦੇਸ਼ ਦੀ ਆਜ਼ਾਦੀ ਵਾਸਤੇ ਜਿਹੜੇ ਬੰਦੇ ਨੇ ਸਭ ਤੋਂ ਵੱਡੀ ਘਾਲਣਾ ਘਾਲੀ, ਜਿਹੜੇ ਬੰਦੇ ਨੇ ਇੰਨਾ ਕੁਛ ਕੀਤਾ, ਮੈਂ ਉਹਨੂੰ ਭਾਰਤ ਰਤਨ ਦਾ ਖਿਤਾਬ ਦੇ ਦਵਾ ਦਿੱਤਾ। ਉਹ ਜਿਹੜੀ ਖੇਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਖੇਡਣਾ ਚਾਹੁੰਦੇ ਸੀ ਉਹ ਠੁੱਸ ਹੋ ਕੇ ਰਹਿ ਗਈ ਹੈ। ਹੁਣ ਪ੍ਰਧਾਨ ਮੰਤਰੀ ਨਹੀਂ ਬੋਲਦਾ, ਹੁਣ ਪ੍ਰਧਾਨ ਮੰਤਰੀ ਦੀ ਪਾਰਟੀ ਨਾਲ ਜੁੜਿਆ ਹੋਇਆ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਿਹੜਾ ਪੜਪੋਤਾ ਹੈ ਉਹ ਬੋਲਦਾ ਪਿਆ। ਉਸ ਪੜਪੋਤੇ ਦੀ ਗੱਲ ਕਿੰਨੀ ਘਾਟ ਕਰਦੀ ਹੈ ਕਿੰਨੀ ਪਤਾ ਨਹੀਂ। ਇਹਨਾਂ ਪਰਿਵਾਰਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਦਾ ਪਰਿਵਾਰ ਵੀ 4-5 ਥਾਈਂ ਵੰਡਿਆ ਪਿਆ, ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਵੀ 2-3 ਥਾਈਂ ਵੰਡਿਆ ਪਿਆ।
ਪਰ ਇਹ ਹੈ ਕਿ ਇੱਕ ਜੀ ਕਲਕੱਤੇ ਆ, ਇੱਕ ਉੱਥੇ ਜਰਮਨੀ 'ਚ ਆ, ਇੱਕ ਇੰਗਲੈਂਡ 'ਚ ਆ, ਇੱਕ ਨਿਊਯਾਰਕ ਵਿੱਚ ਆ। ਇੰਨਿਆਂ ਸਾਰਿਆਂ ਨੂੰ ਇੱਕ ਥਾਂ 'ਤੇ ਇਕੱਠੇ ਕਰਕੇ ਕੋਈ ਸਾਂਝਾ ਫੈਸਲਾ ਲੈਣਾ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਔਖਾ ਕੰਮ ਹੋ ਜਾਂਦਾ। ਇਸ ਕਰਕੇ ਗੁਰਪ੍ਰੀਤ ਜੀ, ਜੇ ਇਹਦੇ 'ਚ ਸਰਕਾਰ ਕਹਿੰਦੀ ਹੈ ਅਸੀਂ ਆਹ ਭੇਦ ਖੋਲ੍ਹ ਦਿਆਂਗੇ, ਉਹ ਖੋਲ੍ਹ ਦਿਆਂ, ਮੈਨੂੰ ਆਸ ਹੈ ਕਿ ਚੁੱਪ ਕੱਖ ਵੀ ਨਹੀਂ ਖੁੱਲ੍ਹਣਾ, ਬਸ ਗੁੰਗੀ ਚੋਪੀ ਰਹਿ ਜਾਣੇ ਆ। ਮੈਨੂੰ ਸਰ ਤੁਸੀਂ ਆਏ ਅਤੇ ਸਾਰੀਆਂ ਗੱਲਾਂ ਮਤਾਂ ਸਾਡੇ ਨਾਲ ਸਾਂਝੇ ਕੀਤੀਆਂ, ਬਹੁਤ ਧੰਨਵਾਦ ਤੁਹਾਡਾ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਪ੍ਰਾਈਮ ਏਸ਼ੀਆ ਟੀਵੀ ਨੂੰ ਪਿਆਰ ਮੁਹੱਬਤ ਕਰਨ ਲਈ ਬਹੁਤ ਧੰਨਵਾਦ। ਫਿਲਹਾਲ ਦਿਓ ਗੁਰਪ੍ਰੀਤ ਸੰਧਾਂ ਵਾਲੀਆਂ ਨੂੰ ਇਜਾਜ਼ਤ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।